ਸੁਨੈਣ ਸ਼ਾਹ ਨੇ ਫਰਮਾਇਸ਼ ਦੇ ਮੁਤਾਬਕ ਕਿ ਜਿਸ ਤਰ੍ਹਾਂ ਉਹਨਾਂ ਅਸਾਂ ਦੀ ਆਰਡਰ ਦਿੱਤਾ ਉਸਨੇ ਮੁਤਾਬਕ ਅਸਾਂ ਟੁਰਨੇ ਹਾਂ ਤੇ ਬੱਲੇ ਬੱਲੇ ਮੱਠੀ ਮੱਠੀ ਰਫਤਾਰਾ ਤੁਸਾਂ ਨੇ ਲਾਕੇ ਮਹਿਫਲ ਆਉਣੀਆਂ ਰਹਿਣੀਆਂ ਮਹਿਫਲ ਸੁਣ ਲੈਣੇ ਹੋ ਅੱਜ ਦੇ ਦੌਰ ਚ ਦੋ ਸ਼ੇਰ ਹਨ ਦੋ ਨਾਦ ਉਸਨੇ ਤੋਂ ਬਾਅਦ ਕੋਈ ਹੋਰ ਰੰਗ ਸ਼ੁਰੂ ਹੋ ਜਾਣਾ ਚਿੱਟਾਂ ਸ਼ੁਰੂ ਹੋ ਜਾਣੀਆਂ ਫਰਮਾਇਸ਼ਾਂ ਸ਼ੁਰੂ ਹੋ ਜਾਣੀਆਂ ਸਫਲ ਮਨੁੱਖ ਸ਼ੁਰੂ ਹੋ ਜਾਣਾ ਸ਼ੇਰਖਾਨੀ ਨੇ ਬੇੜਾ ਗਰਕ ਕਰ ਛੱਡਿਆ ਅਗਰ ਸ਼ੇਰਖਾਨ ਹੈ ਤੇ ਇਸ ਵਕਤ ਮੌਜੂਦਾ ਦੂਰ ਦੌਰ ਵਿੱਚ ਚੌਧਰੀ ਅਕਰਮ ਮਾਨ ਕੇ ਆਲੇ ਵਾਲੇ ਅਗਰ ਸ਼ੇਰਖਾਨੀ ਕਰਨਾ ਤਾਂ ਇਸ ਵਕਤ ਮੌਜੂਦਾ ਦੌਰ ਉਹ ਬੰਦਾ ਕਰਨਾ ਪਿਆ ਬਾਕੀ ਆਪੋ ਕੋਈ ਸ਼ੇਰਖਾਨੀ ਕਰਨਾ ਤਾਂ ਮੈਂ ਨਾ ਮਨਾ ਕਰਨਾ ਅਗਰ ਤੁਸੀਂ ਬਹੁ ਕੋਈ ਮਾੜੀ ਗੱਲ ਤਖਤੀ ਲਗੀ ਮਾੜੇ ਸਾਹਮਣੇ ਆ ਜਾ ਸਾਰਾ ਤੁਸੀਂ ਬੋਲ ਸਕਦਾ ਚੋਰੀ ਗੱਲ ਨਾ ਕਰਨਾ ਘੱਟ ਲੋਕ ਰਹਿ ਗਏ ਨਾ ਕਿਹਾ ਅੱਜ ਤਖਾ ਜੁਲੇ ਆ ਪ੍ਰੋਗਰਾਮ ਅੱਜ ਕਹਿ ਸਕਦੇ ਆਏ ਸ਼ੇਰਾਂ ਨਾਲ ਲੇਕਿਨ ਸ਼ੇਰ ਨਹੀਂ ਬੋਲੇ ਸ਼ੇਰਾਂ ਨਾਲ ਵਿੱਚ ਥੋੜਾ ਅਗਲਾ ਟਾਈਮ ਹੋਣਾ ਨੇ ਉਸਨੇ ਤੋਂ ਬਾਅਦ ਕੋਈ ਹੋਰ ਰੰਗ ਆਪਣੇ ਪੇਸ਼ ਕਰਨੇ ਦੋਸਤੋ ਸਾਡੇ ਦੌਰ ਵਿੱਚ ਸਿਰਫ ਔਰ ਸਿਰਫ ਇੱਕ ਘੜਾ ਇੱਕ ਕਤਾਰ ਸ਼ੇਰਖਾਨੀ ਮੰਦੀ ਕੀਤੀ ਜਾਂ ਚੰਗੀ ਕੀਤੀ ਜੋ ਕੁਛ ਜਾਣੇ ਤੇ ਕਰਨੇ ਰਹੇ ਹੋਰ ਸਾਡੇ ਦੋਸਤ ਨਹੀਂ ਹੋਇਆ ਇਹਦੇ ਕਿ ਅਸਾਂ ਮੁਖਾਲਫਤ ਨਹੀਂ ਕਿਸੇ ਨੇ ਪਸੰਦ ਆਪਣੀ ਆਪਣੀ ਆ ਇਸ ਵਕਤ ਲੋਕ ਹੋਈ ਸਕਦਾ ਸ਼ੇਰਖਾਨੀ ਜਿਤਨਾ ਪਸੰਦ ਨਾ ਕਰਨੇ ਹੋਣ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਪਸੰਦ ਕਰਨੇ ਹੋਣ ਪਹਿਲੇ ਵੀ ਅਰਜ਼ ਕੀਤੀ ਸੀ ਕਿ ਬੰਦਾ ਉਹ ਕੋਈ ਬਾਣਾ ਜੋ ਕੋਈ ਯਾਦ ਆਉਣਾ ਮਹਿਫਲ ਜਿਹੜੀ ਹੋਈ ਹੈ ਬੜੀ ਬਾਦਬ ਹੋਣੀ ਇਸ ਮਹਿਫਲ ਚ ਬੜੇ ਸਬਕ ਹਾਸਲ ਹੋਣੇ ਅਗਰ ਕੋਈ ਕਰਨਾ ਚਾਹੇ ਤਾਂ ਫਿਰ ਕਿਹੜਾ ਹੋਣਾ ਇਹ ਸ਼ਾਇਰ ਹਜ਼ਰਾਤ ਇੱਥੇ ਬੈਠੇ ਬਹੁਤ ਸਾਰੇ ਅੱਗੇ ਵਿਚਾਰਾ ਵੀ ਪੇਸ਼ ਕੀਤਾ ਨੇ ਫਿਰ ਕੰਮ ਸ਼ਾਇਰ ਮੈਂ ਲਿਖਣਾ ਆਇਆ ਚਾਰ ਕਵੀਆਂ ਉਸ ਲਿਖ ਦਿੱਤੀਆਂ ਉਸ ਆਪਣੀ ਜ਼ਹਿਨ ਦੇ ਮੁਤਾਬਕ ਆਪਣੀ ਸਮਝ ਦੇ ਮੁਤਾਬਕ ਆਪਣੀ ਸੋਚ ਦੇ ਮੁਤਾਬਕ ਗਾਉਣ ਵਾਲੇ ਨੇ ਕਿਹੜੀ ਕਾਰੀਗਰੀ ਹੈ ਕਿ ਸਾਮਾਈਨ ਨੇ ਸਾਹਮਣੇ ਉਹ ਕਿਹੜੇ ਰੰਗ ਵਿੱਚ ਪੇਸ਼ ਕਰਨਾ ਪਿਆ ਸਾਰੀ ਇਤਨੀ ਕਾਰੀਗਰੀ ਹੈ ਕਿ ਉਸ ਕਿਸ ਰੰਗ ਨਾਲ ਪੇਸ਼ ਕੀਤਾ ਜਾਏ ਅੱਜ ਹਰ ਆਦਮੀ ਨੇ ਦਿਲੇ ਕਰਨਾ ਕਿ ਮਾੜਾ ਅਗਰ ਪ੍ਰੋਗਰਾਮ ਲੈ ਤਾਂ ਗੁਜਰਾਤ ਵਾਲੇ ਲੈ ਹਰ ਬੰਦੇ ਦਾ ਦਿਲ ਲੇਕਿਨ ਮੈਨੂੰ ਇੱਕ ਚੀਜ਼ ਨਾਲ ਅਫਸੋਸ ਹੈ ਸੀ ਕਿ ਮੈਂ ਉਸਨੂੰ ਸਲਾਮ ਕਰਾਂ ਜਿਹੜਾ ਮੇਰੇ ਸਰਦੂ ਆਦਾ ਤੇ ਪੜਿਆ ਔਰ ਮੈਂ ਉਸਨੂੰ ਦਾਤ ਦੇਵਾਂ ਫਿਰ ਤੂੰ ਕੋਈ ਸਾਡੀ ਬੜੀ ਗੱਲ ਨਹੀਂ ਯਾਦ ਕਰ ਲੈਣੀ ਇਹ ਬੱਚੇ ਵੀ ਸਾਡੇ ਤੇ ਪੜ੍ਹਨੇ ਮੈਂ ਆਪਣੇ ਘਰ ਚ ਰਿਕਾਰਡ ਹੈ ਕਿ ਕੋਈ ਰੇਡੀਓ ਉੱਤੇ ਨਹੀਂ ਲਾਇਆ ਇਹ ਦੌਰਾ ਸਾਡਾ ਇੱਕ ਅਬੂ ਜ਼ਬੀ ਨੇ ਹੋਇਆ ਹਫਤਾ ਇੱਕ ਭਰਿਆ ਉਹਦਾ ਉਹ ਵੀ ਉਹਨਾਂ ਉਦੋਂ ਵੀਡੀਓ ਕੈਸਟਾਂ ਦੇ ਦਿੱਤੀਆਂ ਭਰਾ ਇਕੱਠੇ ਹੋਏ ਉਹਨਾਂ ਆਈ ਰਾਹ ਸਾਈ ਦੱਸੀ ਗੱਲ ਦੱਸਿਆ ਤਾਂ ਕਸਮ ਖਾਈ ਮੈਦਾਨ ਨੇ ਮੌਲਾ ਵੀ ਨਾ ਮੇਰਾ ਇੱਕ ਬੱਚਾ ਹੈ ਛੋਟਾ ਜਿਹਾ ਜਿਹੜਾ ਕਿ ਸਕੂਲ ਨਹੀਂ ਦਾਖਲ ਕਰਾਇਆ ਗਿਆ ਇੱਕ ਉਸ ਵੀਡੀਓ ਕੈਸਟ ਤੋਂ ਇਤਨਾ ਅਸਰ ਲਿਆ ਉਸ ਕਿ ਮੈਂ ਆਪਣਾ ਕੰਨਾਂ ਨਾਲ ਸੁਣਿਆ ਮੰਨਿਆ ਮੈਂ ਬਿਲਕੁਲ ਬਗਾਰ ਚਾਹੂੰਗਾ ਯਾਨੀ ਸਕੂਲ ਦਾਖਲ ਨਹੀਂ ਇੱਕ ਦਿਨ ਉਹ ਵੀਡੀਓ ਕੈਸਟ ਸੁਣਨ ਨਾਲ ਇਤਨਾ ਅਸਰ ਹੋਇਆ ਹਾਲਾਂਕਿ ਮੈਂ ਤਾਂ ਦੱਸਿਆ ਨਾ ਵੀ ਕੋਈ ਰੇਡੀਓ ਉੱਤੇ ਸਾਡੇ ਘਰ 'ਚ ਕਿਸੇ ਬੰਦੇ ਦੀ ਆਵਾਜ਼ ਨਹੀਂ ਆਈ ਜਾਂ ਮੈਂ ਬਜਾਤੇ ਖੁਦ ਇੱਕ ਸੌ ਕੀ ਸ਼ੇਰ ਪੜ੍ਹਨੀ ਨਹੀਂ ਸੀ ਉਹ ਕਦੇ ਆਪਣੇ ਸੁਣੇ ਹੀ ਨਹੀਂ ਉਹ ਲਾਜ਼ਮੀ ਅਸੀਂ ਆਪਣੇ ਆਪ ਨੂੰ ਸੁਣਿਆ ਤੇ ਇਤਨਾ ਅਸਰ ਇਸ ਸ਼ੇਰ ਦੇ ਬੱਚੇ ਸਾਡੇ ਤੇ ਪੜ੍ਹਨੇ ਲੇਕਿਨ ਤੱਕਣਾ ਹੀ ਚਾਹੀਦਾ ਕਿ ਸ਼ੇਰ ਵਿੱਚ ਕਿਸ ਅਦਾਇਗੀ ਨਾਲ ਪੇਸ਼ ਕੀਤਾ ਗਿਆ ਵਾ ਕਿਸ ਸੁਰ ਜਾਂ ਕਿਸ ਸੁਰ ਨਾਲ ਕੰਨੇ ਪਾਤ ਰੱਖਿਆ ਆਲਾ ਮਾਰੀ ਸਕਿਆ ਇਹ ਕੋਈ ਬੜੀ ਬਾਤ ਨਹੀਂ ਕੋਈ ਬੜੀ ਬਾਤ ਨਹੀਂ ਸ਼ੇਰ ਅਰਜ਼ ਹੈ ਦਾਰੀ ਸਾਧਨਾ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਸਾਰੇ ਬਰਾਦਰ ਬਜ਼ੁਰਗ ਅਜ਼ੀਜ਼ ਖੁਸ਼ ਜਾਓ
लेकिन असां जी लगातार ये प्रोग्राम है, आज भी साड़ा प्रोग्राम इधर नहीं थी।